ਪ੍ਰੋਬਲਮਾਂ ਹੋ ਗਈਆਂ ਸੀ, ਜਿਸ ਕਰਕੇ ਮੈਨੂੰ ਕ੍ਰੀਏਟੀਵਿਟੀ ਦਾ ਸਹਾਰਾ ਲੈਣਾ ਪਿਆ, ਜੋ ਮੇਰੀ ਆਰਟ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਹਦੇ ਵਿੱਚ। ਕਿ ਪੇਰੈਂਟਸ ਨੂੰ ਵੀ ਪਹਿਲਾਂ ਸਾਬਿਤ ਕਰਨਾ ਪੈਂਦਾ ਨਾ ਆਪਾਂ ਨੂੰ ਵੀ ਆਪਾਂ ਕੁਛ ਕਰ ਸਕਦੇ ਹਾਂ। ਰਾਤ ਨੂੰ ਮੇਲੇ ਵਿੱਚ ਵਰਕਸ਼ਾਪਸ ਲਗਾਈਆਂ, ਮੈਂ ਮੇਲੇ ਵਿੱਚ ਆਪਣੀ ਪੇਂਟਿੰਗਸ ਵੇਚੀਆਂ, ਜੋ ਮੇਰੀ ਪੇਂਟਿੰਗ ਸੈਲ ਵੀ ਹੋਈਆਂ। ਅੱਜ ਤੁਹਾਨੂੰ ਮਿਲਾਉਂਦੇ ਹਾਂ ਬਠਿੰਡਾ ਦੀ ਬੇਟੀ ਸਾਬੀਆ ਅਗਰਵਾਲ ਦੇ ਨਾਲ, ਜਿਸ ਨੂੰ ਪੜ੍ਹਾਈ ਦੇ ਨਾਲ ਨਾਲ ਪੇਂਟਿੰਗ ਦਾ ਐਸਾ ਸ਼ੌਂਕ ਪਿਆ ਕਿ ਉਹ ਪੜ੍ਹਾਈ ਦੇ ਨਾਲ ਨਾਲ ਪੇਂਟਿੰਗ ਕਰਦੇ। ਤੁਸੀਂ ਵੇਖ ਸਕਦੇ ਹੋ ਕਿ ਆਲ ਪੇਂਟਿੰਗ ਹੈ ਉਹਨਾਂ ਦੀ, ਉਹ ਕਿਤੇ ਨਾ ਕਿਤੇ ਕਾਫੀ ਚਰਚਾ ਦੇ ਵਿੱਚ, ਹਰ ਤਰ੍ਹਾਂ ਦੀਆਂ ਤਸਵੀਰਾਂ ਨੇ ਉਹ ਅਕਸਰ ਹੀ ਬਣਾਉਂਦੇ ਨੇ। ਤੁਸੀਂ ਤਸਵੀਰਾਂ ਵੇਖ ਸਕਦੇ ਹੋ, ਖੁਦ ਆਪਦੀ ਤਸਵੀਰ ਹੈ ਜਿਹੜੀ ਉਹ ਵੀ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ, ਪਰ ਨਾਲ ਨਾਲ ਪੜ੍ਹਾਈ ਦੇ ਪੇਂਟਿੰਗ ਦਾ ਆਰਟ ਦਾ ਐਸਾ ਸ਼ੌਂਕ ਚੜਿਆ ਕਿ ਲਗਾਤਾਰ ਆਪਦੇ ਜਜ਼ਬੇ ਅਤੇ ਜਨੂੰਨ ਦੇ ਨਾਲ ਇਸ ਤਰ੍ਹਾਂ ਦੀਆਂ ਤਸਵੀਰਾਂ ਵਾ ਰਹੇ ਨੇ। ਔਰ ਇਹਨਾਂ ਤਸਵੀਰਾਂ ਦੀ ਚਰਚਾ ਹੈ ਜਿਹੜੀ ਉਹ ਬਿਲਕੁਲ ਦੇਸ਼ਾਂ ਵਿਦੇਸ਼ਾਂ 'ਚ ਵੀ ਹੋ ਰਹੀ ਹੈ, ਔਰ ਇਸ ਤਰ੍ਹਾਂ ਦੀ ਆਰਟ ਦਾ ਕੰਮ ਹੈ ਜਿਹੜਾ ਉਹ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਦੀਆਂ ਫੋਟੋਜ਼ ਨੇ, ਇਹਨਾਂ ਦੀਆਂ ਆਰਟ ਦੀਆਂ ਕਲਾਕ੍ਰਿਤੀਆਂ ਨੇ, ਉਹ ਕਿਤੇ ਨਾ ਕਿਤੇ ਬਾਹਰ ਵੀ ਭੇਜੀਆਂ ਜਾਂਦੀਆਂ ਨੇ। ਗੱਲ ਆਪਾਂ ਸਾਬੀਆ ਦੇ ਨਾਲ ਕਰਦੇ ਹਾਂ। ਹਾਂਜੀ, ਗੁੱਡ ਮਾਰਨਿੰਗ ਜੀ, ਪਹਿਲਾਂ ਸਵਾਗਤ ਤੁਹਾਡਾ ਨਿਊਜ਼ 18 ਪੰਜਾਬ 'ਤੇ ਬਹੁਤ ਬਹੁਤ। ਥੈਂਕ ਯੂ ਸੋ ਮਚ। ਹਾਂਜੀ, ਕਿਸ ਤਰ੍ਹਾਂ ਸ਼ੌਂਕ ਪਿਆ ਇਹ ਨਾਲ ਨਾਲ ਸਟੱਡੀ ਅਤੇ ਨਾਲ ਨਾਲ ਆਰਟ ਦਾ? ਇਹ ਮੈਨੂੰ ਬਚਪਨ ਤੋਂ ਹੀ ਆਰਟ ਦਾ ਸ਼ੌਂਕ ਸੀਗਾ, ਅਤੇ ਉਸ ਤੋਂ ਬਾਅਦ ਫਿਰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਫਿਰ ਮੈਂ ਡਿਸਾਈਡ ਕੀਤਾ ਕਿ ਮੈਨੂੰ ਆਪਣਾ ਪੈਸ਼ਨ ਫੋਲੋ ਕਰਨਾ ਚਾਹੀਦਾ ਹੈਗਾ। ਹਾਂਜੀ, ਕੁਛ ਐਵੇਂ ਦੀ ਕੁਛ ਮਾਨਸਿਕ ਪ੍ਰੋਬਲਮਾਂ ਹੋ ਗਈਆਂ ਸੀ, ਜਿਸ ਕਰਕੇ ਮੈਨੂੰ ਕ੍ਰੀਏਟੀਵਿਟੀ ਦਾ ਸਹਾਰਾ ਲੈਣਾ ਪਿਆ, ਜੋ ਮੇਰੀ ਆਰਟ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਇਹਦੇ ਵਿੱਚ। ਹਾਂਜੀ, ਇੱਕ ਆਰਟਿਸਟ ਦੇ ਦਿਮਾਗ 'ਚ ਕਿਸ ਤਰ੍ਹਾਂ ਥੋਟ ਚੱਲਦੇ ਨੇ, ਜਿੰਨਾ ਥੋਟਸ ਨੂੰ ਤੁਸੀਂ ਤਸਵੀਰ ਦਾ ਦਿੰਦੇ ਹੋ, ਤਸਵੀਰ ਬਣਾਉਂਦੇ ਹੋ ਉਹਨਾਂ ਦੀ? ਸਰ, ਜਿਵੇਂ ਕੁਛ ਵੀ, ਜਿਵੇਂ ਆਪਾਂ ਆਉਂਦੇ ਜਾਂਦੇ ਹਾਂ, ਲੋਕਾਂ ਨੂੰ ਦੇਖਦੇ ਹਾਂ, ਕਰੈਕਟਰਸ ਦੇਖਦੇ ਹਾਂ, ਕੁਛ ਵੀ ਕਰੈਕਟਰਸ ਉਠਾ ਕੇ ਜਿਵੇਂ ਸਕਰੋਲਿੰਗ ਕਰਦੇ ਹਾਂ, ਪਿਕਚਰਸ ਦੇਖਦੇ ਹਾਂ, ਕੁਛ ਵੀ ਜੋ ਮਨ ਵਿੱਚ ਆਉਂਦਾ ਬਸ ਉਹ ਬਣਾ ਦਿੰਦੇ ਹਾਂ, ਕੁਛ ਇਮੈਜੀਨੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਉਮਰ ਤੁਹਾਡੀ ਬਹੁਤ ਛੋਟੀ ਹੈ, ਤਸਵੀਰਾਂ ਬੜੀਆਂ ਵੱਡੀਆਂ ਬੜੀਆਂ ਬੜੀਆਂ ਸੁੰਦਰ ਬਣਾਈਆਂ ਨੇ, ਮਨ 'ਚ ਖਿਆਲ ਕਿਵੇਂ ਆਇਆ ਕਿ ਇਸ ਪਾਸੇ ਹੀ ਜ਼ਿਆਦਾ એનર્ਜੀ ਵੇਸਟ ਕੀਤੀ ਜਾਵੇ, ਸਟੱਡੀ ਦੇ ਨਾਲ ਨਾਲ ਤੁਸੀਂ ਉਹਨੂੰ ਸ਼ੌਂਕ ਨੂੰ ਪ੍ਰੋਫੈਸ਼ਨ ਵਜੋਂ ਅਪਣਾ ਲਿਆ? ਹਾਂਜੀ, ਮੈਂ ਹੁਣ ਆਪਣੇ ਪੈਸ਼ਨ ਨੂੰ ਹੀ ਪ੍ਰੋਫੈਸ਼ਨ ਬਣਾ ਲਿਆ। ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਫਟਰ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਮੈਂ ਸੋਚਿਆ ਕਿ ਮੈਨੂੰ ਵੀ ਆਪਣਾ ਪੈਸ਼ਨ ਫੋਲੋ ਕਰਨਾ ਚਾਹੀਦਾ, ਮੇਰੀ ਅਰਨਿੰਗ ਵੀ ਠੀਕ ਠਾਕ ਹੋ ਰਹੀ ਸੀ ਉਸ ਟਾਈਮ, ਫਿਰ ਮੈਨੂੰ ਵੀ ਇਹਦੇ ਵਿੱਚ ਜੇ ਮੈਂ ਵੀ ਸੀਰੀਅਸ ਹੋ ਕੇ ਵੀ ਮੈਂ ਚਲੀ ਜਾਂਦੀ ਹਾਂ ਇਹਦੇ ਵਿੱਚ। ਹਾਂਜੀ, ਇਹ ਸ਼ੌਂਕ ਵੀ ਸਸਤਾ ਨਹੀਂ ਹੈ, ਪੇਂਟ ਕਾਫੀ ਮਹਿੰਗਾ, ਆਇਲ ਕਾਫੀ, ਆਇਲ ਪੇਂਟ ਕਾਫੀ ਮਹਿੰਗਾ ਦੱਸਦੇ ਹੈ, ਫਿਰ ਕਿਵੇਂ ਮੈਨੇਜ ਕਰਦੇ ਹੋ, ਘਰੇ ਕਿਵੇਂ ਕਰਦੇ ਹੋ? ਸਰ, ਇਹ ਪਹਿਲਾਂ ਤਾਂ ਮੇਰੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਸੀਗਾ, ਮੈਂ ਖੁਦ ਦੇ ਪੈਸੇ ਜੋੜ ਵਗੈਰਾ ਕਰਕੇ, ਠੀਕ ਹੈ, ਮੈਂ ਆਪਣੇ ਕਲਰਸ ਲੈ ਕੇ ਆਉਂਦੀ ਹੁੰਦੀ ਸੀਗੀ, ਕਿਉਂਕਿ ਪੇਰੈਂਟਸ ਨੂੰ ਵੀ ਪਹਿਲਾਂ ਸਾਬਿਤ ਕਰਨਾ ਪੈਂਦਾ ਨਾ ਆਪਾਂ ਨੂੰ ਵੀ ਆਪਾਂ ਕੁਛ ਕਰ ਸਕਦੇ ਹਾਂਗੇ। ਪੇਰੈਂਟਸ ਪਹਿਲਾਂ ਵੀ ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਤੂੰ ਵੀ ਆਹ ਮਹਿੰਗਾ ਤੂੰ ਲੈ ਤਾਂ ਲਿਆ ਵੀ, ਬਟ ਕਿਵੇਂ ਚੱਲੂਗਾ ਤੇਰਾ, ਬਟ ਮੈਂ ਉਹਨਾਂ ਨੂੰ ਸਾਬਿਤ ਕੀਤਾ, ਮੈਂ ਰਾਤ ਰਾਤ ਨੂੰ ਮੇਲੇ ਵਿੱਚ ਵਰਕਸ਼ਾਪਸ ਲਗਾਈਆਂ, ਮੈਂ ਮੇਲੇ ਵਿੱਚ ਆਪਣੀ ਪੇਂਟਿੰਗਸ ਵੇਚੀਆਂ, ਜੋ ਮੇਰੀ ਪੇਂਟਿੰਗ ਸੈਲ ਵੀ ਹੋਈਆਂ, ਫਿਰ ਉਹਦੇ ਥਰੂ ਮੈਂ ਆਪਣਾ ਹੋਰ ਮਟੀਰੀਅਲ ਖਰੀਦਿਆ। ਹਾਂਜੀ, ਹੁਣ ਕਿੱਥੇ ਕਿੱਥੇ ਪੇਂਟਿੰਗ ਤੁਹਾਡੀ ਜਾਂਦੀਆਂ ਨੇ, ਫੋਰਨ ਵੀ ਪੇਂਟਿੰਗ ਜਾਂਦੀ, ਤੁਹਾਡੀ ਪੈਕਿੰਗ ਦੇਖ ਰਿਹਾ ਸੀ ਮੈਂ, ਫਿਰ ਕਿਸ ਤਰ੍ਹਾਂ ਇੰਸਟਾ ਵਗੈਰਾ 'ਤੇ ਦੀ ਐਡ ਕਰਦੇ ਹੋ, ਕਿਵੇਂ ਕਰਦੇ ਹੋ? ਸਰ, ਇੰਸਟਾ 'ਤੇ ਮੇਰਾ ਪੇਜ ਹੈ sabe.arts ਦੇ ਨਾਮ ਉੱਤੇ, ਅਤੇ ਮੈਂ ਰੀਲਸ ਵਗੈਰਾ ਵੀਡੀਓਜ਼ ਵਗੈਰਾ ਬਣਾ ਕੇ ਪਾਉਂਦੀ ਹਾਂ। ਹਲੇ ਵੀ ਮੈਂ ਇੰਨੀ ਫੇਮਸ ਤਾਂ ਨਹੀਂ ਹੋਈ ਕਿ ਵੀ ਮੇਰੇ ਫੋਰਨ ਤੋਂ ਵੀ ਮੇਰੇ ਆਉਣਗੇ, ਮੈਂ ਹਲੇ ਬਸ ਸਿੰਪਲ ਜੀ ਬਸ ਘਰੇ ਆਪਣਾ ਸਟੂਡੀਓ ਬਣਾਇਆ ਹੋਇਆ ਹੈ, ਅਤੇ ਬਾਕੀ ਬਠਿੰਡਾ ਮੈਨੂੰ ਜਾਣਦਾ ਹੈਗਾ, ਬਠਿੰਡੇ ਤੋਂ ਮੈਨੂੰ ਕਮਿਸ਼ਨ ਵਰਕ ਆਉਂਦੇ ਹੈਗੇ।
ਕੀ ਸੋਚਿਆ ਗਿਆ ਸਾਬੀਆ ਨੇ ਕੀ ਕਰਨਾ, ਕਿੱਥੋਂ ਤੱਕ ਪਹੁੰਚਣ ਦਾ ਸੁਪਨਾ ਸੋਚਿਆ? ਹਾਲਾਂਕਿ ਤੁਸੀਂ ਦੱਸਿਆ ਸ਼ੁਰੂਆਤ ਆ, ਜੇ ਅਪਰੋਕਸੀਮੇਟਲੀ ਸਾਲ ਹੋਇਆ ਤੁਹਾਨੂੰ ਕਰਦੇ ਨੂੰ? ਹਾਂਜੀ ਹਾਂਜੀ, ਮੈਨੂੰ ਸੀਰੀਅਸਲੀ 1 ਈਅਰ ਹੋ ਗਿਆ ਅਤੇ ਸਰ ਮੈਂ ਤਾਂ ਇਹੀ ਸੋਚਿਆ ਕਿ ਮੇਰਾ ਗਿਨੀਜ਼ ਵਰਲਡ ਰਿਕਾਰਡ ਵਿੱਚ ਨਾਮ ਆਵੇ ਅਤੇ ਮੈਨੂੰ ਕੁਛ ਨੈਸ਼ਨਲ ਅਵਾਰਡ ਵਗੈਰਾ ਮਿਲੇ ਕਲਾ ਦੇ ਖੇਤਰ ਵਿੱਚੋਂ। ਅਤੇ ਸਰ ਆਪਣੇ ਮੈਂ ਮੇਰੀ ਮਾਂ ਨੇ ਬਹੁਤ ਕੁਛ ਦੇਖਿਆ ਗਾ, ਮੈਂ ਆਪਣੀ ਮਾਂ ਨੂੰ ਇੱਕ ਅੱਛੀ ਲਾਈਫ ਸਟਾਈਲ ਦੇਣਾ ਚਾਹੁੰਦੀ ਹਾਂ। ਮੇਰੀ ਸਿਸਟਰ ਬਹੁਤ ਮਿਹਨਤ ਕਰਦੀ ਹੈ, UPSC ਦੀ ਸਟੱਡੀ ਕਰ ਰਹੀ ਹੈ। ਮੇਰਾ ਬ੍ਰਦਰ ਬਹੁਤ ਮਿਹਨਤ ਕਰਦਾ, ਮੇਰੇ ਫਾਦਰ ਰੋਜ਼ ਥੱਕ ਹਾਰ ਕੇ ਆਉਂਦੇ, ਅਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਪੇਰੈਂਟਸ ਨੂੰ ਮੈਂ ਇੱਕ ਅੱਛੀ ਲਾਈਫ ਦੇਵਾਂ। ਅਤੇ ਮੇਰਾ ਬਸ ਇਹੀ ਸੁਪਨਾ ਹੈਗਾ ਕਿ ਮੈਂ ਵੀ ਮੇਰਾ ਵੀ ਨਾਮ ਹੋਵੇ, ਮੇਰਾ ਵੀ ਫੇਮ ਹੋਵੇ। ਕਿਸ ਤਰ੍ਹਾਂ ਤਸਵੀਰ ਇਸ ਤੋਂ ਪਹਿਲਾਂ ਬਣਾ ਚੁੱਕੇ ਹੋ, ਜਿਸ ਤਰ੍ਹਾਂ ਬੁੱਧ ਦੀ ਤਸਵੀਰ ਨਜ਼ਰ ਆ ਰਹੀ ਹੈ, ਬਾਬੇ ਨਾਨਕ ਦੀ ਆ ਰਹੀ, ਤੁਹਾਡੀ ਖੁਦ ਦੀ ਤਸਵੀਰ ਸਾਹਮਣੇ ਨਜ਼ਰ ਆ, ਕਿਸ ਤਰ੍ਹਾਂ ਤਸਵੀਰਾਂ ਬਣਾਈ ਇਸ ਤੋਂ ਪਹਿਲਾਂ? ਸਰ ਮੈਂ ਬਸ ਸ਼ੁਰੂ ਤੋਂ ਜਿਵੇਂ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਕੁਛ। ਬਿਲਕੁਲ, ਤਸਵੀਰਾਂ ਨੇ ਇਸ ਤਰ੍ਹਾਂ ਦੀਆਂ ਤਸਵੀਰਾਂ ਇਸ ਬੇਟੀ ਨੇ ਬਣਾਈਆਂ ਨੇ, ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਤਸਵੀਰਾਂ ਨੇ, ਜਿਨ੍ਹਾਂ ਤਸਵੀਰਾਂ ਨੂੰ ਇਹ ਬਲੈਕ ਐਂਡ ਵਾਈਟ ਤਸਵੀਰ, ਇਹਨਾਂ ਦੇ ਵਿੱਚ ਰੰਗ ਭਰਦੀ ਨਜ਼ਰ ਆ ਰਹੀ ਹੈ ਇਹ ਬੇਟੀ। ਔਰ ਕਿਤੇ ਨਾ ਕਿਤੇ ਜਾ ਕੇ ਬੇਸ਼ੱਕ ਕਹਿੰਦੇ ਆ ਕਿ ਇਹ ਸਾਡੀ ਸ਼ੁਰੂਆਤ ਹੈ, ਪਰ ਸ਼ੁਰੂਆਤ ਅੱਗੇ ਕਿਸ ਤਰ੍ਹਾਂ ਦਾ ਰੰਗ ਲਿਆਉਂਦੀ ਹੈ, ਇਹ ਕਿਤੇ ਨਾ ਕਿਤੇ ਇਸ ਬੇਟੀ ਦੀਆਂ ਅੱਖਾਂ ਦੇ ਵਿੱਚ ਨਜ਼ਰ ਆ ਰਿਹਾ। ਔਰ ਕਹਿ ਰਹੀ ਹੈ ਕਿ ਮੈਂ ਉਹ ਮੁਕਾਮ ਹਾਸਲ ਕਰਨਾ ਚਾਹੁੰਦੀ ਹੈ ਜਿਹੜਾ ਮੁਕਾਮ ਪੰਜਾਬ ਦੇ ਵਿੱਚ ਇਹਨਾਂ ਦਾ ਨਾਂ ਹੋਵੇ, ਦੇਸ਼ ਦੇ ਵਿੱਚ ਨਾਂ ਹੋਵੇ। ਇਹਨਾਂ ਦੇ ਬ੍ਰਦਰ ਨੇ ਉਹ ਸਟੱਡੀ ਕਰ ਰਹੇ ਨੇ, ਸਿਸਟਰ ਪੜ੍ਹਾਈ ਕਰ ਰਹੀ ਹੈ, ਮਾਤਾ ਪਿਤਾ ਮਿਹਨਤ ਕਰਦੇ ਨੇ, ਔਰ ਕਿਤੇ ਨਾ ਕਿਤੇ ਜਾ ਕੇ ਬੇਟੀ ਨੂੰ ਆਪਦੇ ਹੁਨਰ 'ਤੇ ਮਾਣ ਆ। ਔਰ ਕਹਿ ਰਹੀ ਹੈ ਕਿ ਮੈਂ ਪੰਜਾਬ ਦੇ ਵਿੱਚ ਮੇਰਾ ਨਾਂ ਹੋਵੇ, ਗਿੰਨੀ ਬੁੱਕ ਆਫ ਵਰਲਡ ਦੇ ਵਿੱਚ ਮੇਰਾ ਨਾਂ ਦਰਜ ਹੋਵੇ। ਔਰ ਇਹ ਸਟੱਡੀ ਦੇ ਨਾਲ ਨਾਲ ਪੇਂਟਿੰਗ ਹੈ ਉਹ ਬਠਿੰਡਾ ਦੀ ਬੇਟੀ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।